ਬੜੀ ਵਾਰ ਲਿਆ ਤੁਹਾਡੇ ਨਾਲ ਆ ਕੇ ਲਿਆ, ਕੋਈ ਪਹਿਲੀ ਵਾਰ ਤਾਂ ਹੈ ਨੀ। ਪਰ ਇਹ ਜਿਹੜਾ ਅਸੀਂ ਜਦੋਂ ਸਾਡੀ ਸਰਕਾਰ ਸੀ ਕਾਂਗਰਸ ਪਾਰਟੀ ਦੀ, ਇਹ ਭਾਰਤ ਭੂਸ਼ਣ ਆਸ਼ੂ ਜੀ ਉਦੋਂ ਮੰਤਰੀ ਸੀ, ਮੈਂ ਐਮ ਪੀ ਸੀ, ਅਤੇ ਸਾਡੇ ਸਤਿਕਾਰਯੋਗ ਮਮਤਾ ਜੀ ਖੜ੍ਹੇ ਆ ਕੌਂਸਲਰ, ਅਤੇ ਉਸ ਵੇਲੇ ਅਸੀਂ ਲਗਾਤਾਰ, ਕਿਉਂਕਿ ਇੱਕ ਗੱਲ ਆਮ, ਇਹ ਸਭ ਤੋਂ ਗੁਰੂ ਨਾਨਕ ਸਟੇਡੀਅਮ ਆ ਜਿਹੜਾ, ਇਹ ਸ਼ਾਨ ਆ ਇਕੱਲੀ ਲੁਧਿਆਣੇ ਦੀ ਨਹੀਂ, ਸਾਰੇ ਪੰਜਾਬ ਦੀ। ਅਤੇ ਇਹਦਾ ਜੋ ਬੁਰਾ ਹਾਲ ਹੋ ਚੁੱਕਿਆ ਸੀ, ਕਿਉਂਕਿ ਇੱਥੋਂ ਨੈਸ਼ਨਲ ਇੰਟਰਨੈਸ਼ਨਲ ਪੇਅਰ ਪੈਦਾ ਹੋਣੇ, ਅਤੇ ਇਹਦਾ ਬਿਲਕੁਲ ਟਰੈਕ ਆ ਜਿਹੜਾ ਕਿਸੇ ਨੇ ਗੌਲਿਆ ਹੀ ਨਹੀਂ ਸੀ। ਅਤੇ ਉਸ ਵੇਲੇ ਜਿਹੜਾ ਸਮਾਰਟ ਸਿਟੀ, ਹੁਣ ਇਹਨੂੰ ਜੇ ਕੋਈ ਇਹਨੂੰ ਵੀ ਕਹੇ ਇੱਧਰ ਉੱਧਰ ਦੀਆਂ ਗੱਲਾਂ, ਤਾਂ ਉਹਦਾ ਕੋਈ ਮਹਿਨਾ ਨਹੀਂ। ਸਮਾਰਟ ਸਿਟੀ 'ਚੋਂ ਅਸੀਂ ਬਹਿ ਕੇ ਇਹ ਫੈਸਲਾ ਕੀਤਾ ਵੀ ਘੱਟੋ ਘੱਟ ਇਹ ਸਾਰਾ ਟਰੈਕ ਪੰਜਾਬ ਸਰਕਾਰ ਨਹੀਂ, ਸਮਾਰਟ ਸਿਟੀ 'ਚੋਂ ਅਸੀਂ ਇਹ ਪੈਸਾ ਲਿਆ, ਅਤੇ ਤਕਰੀਬਨ 8.5 ਕਰੋੜ ਰੁਪਈਆ ਅੱਜ ਸਿੰਥੈਟਿਕ ਟਰੈਕ ਲੱਗੇ ਨੂੰ ਵੀ, ਕਿਉਂਕਿ ਰੋਜ਼ ਹੀ ਆਉਂਦੇ ਆ, ਅੱਜ ਘੱਟੋ ਘੱਟ 4 ਮਹੀਨੇ ਹੋ ਗਏ ਸਿੰਥੈਟਿਕ ਟਰੈਕ ਲੱਗੇ ਨੂੰ। ਅਸੀਂ ਤੁਹਾਨੂੰ ਪਤਾ ਇੱਕ ਇਸ਼ੂ ਉਠਾਇਆ ਸੀ ਜਿੱਦਣ ਉਰੇ 26 ਜਨਵਰੀ ਦਾ ਪ੍ਰੋਗਰਾਮ ਹੋਣ ਲੱਗਿਆ ਸੀ ਉਰੇ, ਕਿਉਂਕਿ ਰਾਜ ਪੱਧਰੀ ਪ੍ਰੋਗਰਾਮ ਸੀ, ਉਦੋਂ ਵੀ ਅਸੀਂ ਮਹਿਕਮੇ ਨੂੰ ਕਹਿ ਕੇ ਚੀਫ ਮਿਨਿਸਟਰ ਸਾਹਿਬ ਤੱਕ ਇਹ ਗੱਲ ਪਹੁੰਚਾਈ ਸੀ ਵੀ ਉਰੇ ਇਹ ਟਰੈਕ ਖਰਾਬ ਹੋ ਜਾਏਗਾ, ਇਹਦਾ ਪ੍ਰੋਗਰਾਮ ਬਦਲੋ। ਉਹਨਾਂ ਦਾ ਧੰਨਵਾਦ, ਉਹਨਾਂ ਨੇ ਬਦਲਿਆ, ਇੱਥੋਂ ਪ੍ਰੋਗਰਾਮ ਯੂਨੀਵਰਸਿਟੀ 'ਚ ਲੈ ਗਏ। ਪਰ ਅੱਜ ਇਹ 8.5 ਕਰੋੜ ਰੁਪਏ ਦਾ ਲਗਾਤਾਰ ਇਹ ਦੁਬਾਰਾ ਇੱਥੇ ਮਿੱਟੀ ਪੈ ਰਹੀ ਆ, ਰੋਜ਼ ਇੱਥੇ ਤੁਸੀਂ ਵੀ ਦੇਖਿਓ ਵੀ ਕਿੰਨਾ ਜਿਹੜਾ ਇਹ ਉਹ ਕੂੜਾ ਕਰਕਟ ਦੁਬਾਰਾ ਉਰੇ ਪਿਆ ਏ। ਅਤੇ ਅਸੀਂ ਸੋਚਦੇ ਸੀ ਵੀ ਪਿੱਛੇ ਵੀ ਕੇਜਰੀਵਾਲ ਸਾਹਿਬ ਅਤੇ ਸੀ ਐੱਮ ਸਾਹਿਬ ਆਏ ਉਦਘਾਟਨ ਕਰਨਗੇ, ਪਰ ਉਹਨਾਂ ਨੂੰ ਪਬਲਿਸਿਟੀ ਤੋਂ ਸਿਵਾਏ ਕੋਈ ਕੰਮ ਨਹੀਂ। ਅਤੇ ਸਾਡੇ ਵੇਲੇ ਸਾਡੇ ਐੱਮ ਐੱਲ ਏ ਸਾਹਿਬਾਨ, ਚਲੋ ਮੰਤਰੀ ਸੀ ਆਸ਼ੂ ਜੀ, ਉਹ ਉਦਘਾਟਨ ਕਰਦੇ ਸੀ, ਦਾਵਰ ਸਾਹਿਬ ਆਪਣੇ ਹਲਕੇ 'ਚ ਕਰਦੇ ਸੀ ਉਦਘਾਟਨ, ਬੜੇ ਬੜੇ ਪਾਂਡੇ ਜੀ ਆਪਣੇ ਕਰਦੇ ਸੀ, ਸੰਜੇ ਤਲਵਾਰ ਆਪਣੇ ਕਰਦੇ ਸੀ, ਚੀਮਾ ਸਾਹਿਬ ਆਪਣੇ ਕਰਦੇ ਸੀ, ਮੇਅਰ ਸਾਹਿਬ ਆਪਣੇ ਕਰਦੇ ਸੀ। ਪਰ ਸ਼ਹਿਰ ਦੇ ਵਿੱਚ ਕੀ ਹੋ ਰਿਹਾ, ਪਿੱਛੇ ਕੋਈ ਵੀ ਉਦਘਾਟਨ ਆ ਜਿਹੜਾ ਉਹ ਸੂਬੇ ਦੀ ਸਰਕਾਰ ਜਿਹੜੀ ਆ ਸੀ ਐੱਮ ਓ ਤੋਂ ਬਗੈਰ ਨਹੀਂ ਹੋ ਰਹੇ। ਅਤੇ ਇਸ ਕਰਕੇ ਅੱਜ ਮੁੱਖ ਮੰਤਰੀ ਸਾਹਿਬ ਆਏ ਸੀ, ਕੱਲ੍ਹ ਦੇ ਉਰੇ ਅਸੀਂ ਸੋਚਿਆ ਚਲੋ ਕੱਲ੍ਹ ਵੀ ਅਸੀਂ ਕੁਛ ਪ੍ਰੋਜੈਕਟ ਇਸੇ ਕਰਕੇ ਉਹਨਾਂ ਨੂੰ ਦਿਖਾਉਣੇ ਸੀ ਵੀ ਇਹਨਾਂ ਦਾ ਉਦਘਾਟਨ ਕਰੋ, ਅਤੇ ਤੁਹਾਡੇ ਮੂਹਰੇ ਨਜ਼ਰਬੰਦ ਕਰ ਲਿਆ। ਮੈਂ ਤੁਹਾਨੂੰ ਕਿਹਾ ਸੀ ਕਿੰਨੇ ਦਿਨ ਨਜ਼ਰਬੰਦ ਕਰਨਗੇ, ਅਸੀਂ ਰੋਜ਼ ਕਰਾਂਗੇ। ਅੱਜ ਅਸੀਂ ਇਹ ਲੋਕ ਬੱਚਿਆਂ ਲਈ ਉਹਨਾਂ ਦੀ ਸਹੂਲਤ ਲਈ ਵੀ ਉਹਨਾਂ ਨੂੰ, ਯਾਰ ਇੱਕ ਤੁਸੀਂ ਉਦਘਾਟਨ ਦਾ ਤੁਹਾਡੇ ਕੋਲ ਟਾਈਮ ਨਹੀਂ, ਤੁਸੀਂ ਜਾਣ ਬੁੱਝ ਕੇ ਰੋਕਿਆ ਹੋਇਆ ਹੈ, ਅਤੇ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਇਹਨਾਂ ਦਾ। ਅਸੀਂ ਇਹ ਸਾਰਾ ਤਿਆਰ ਕਰਵਾਇਆ, ਅਸੀਂ ਸਾਰੇ ਉਸ ਵੇਲੇ ਪੈਸੇ ਦਿੱਤੇ, ਅਤੇ ਸਿਰਫ ਆਪਣੀ ਹੈਂਕੜ ਉਦਘਾਟਨ ਕਰਨ ਤੋਂ ਇਹ ਐਡਾ ਬੜਾ ਸਟੇਡੀਅਮ ਇਹਨੂੰ ਬੰਦ ਕਰੀ ਬੈਠੇ ਆ, ਰੋਜ਼ ਉਡੀਕਦੇ ਆ। ਅਸੀਂ ਅੱਜ ਸੌਖਾ ਕਰਤਾ ਸੀ ਐੱਮ ਸਾਹਿਬ ਦਾ ਕੰਮ, ਉਹਨਾਂ ਨੂੰ ਉਰੇ ਆਏ ਨੇ, ਉਹਨਾਂ ਨੂੰ ਇੱਕ ਤੋਹਫ਼ਾ ਦਿੱਤਾ ਵੀ ਸੀ ਐੱਮ ਸਾਹਿਬ ਤੁਸੀਂ ਉਰੇ ਆਏ ਹੋ, ਠੀਕ ਆ ਤੁਹਾਡੇ ਕੋਲ ਬੜਾ ਮੀਟਿੰਗ ਆਏ, ਤੁਹਾਡਾ ਕੋਲ ਬੜਾ ਤੁਹਾਡੇ ਕੋਲ ਟਾਈਮ ਬਹੁਤ ਕੀਮਤੀ ਹੁੰਦਾ ਏ, ਪਰ ਅਸੀਂ ਅੱਜ ਇਹ ਉਦਘਾਟਨ ਕਰਕੇ ਇਹਦੀ ਸ਼ੁਰੂਆਤ ਕਰਤੀ ਆ, ਅਤੇ ਅਸੀਂ ਵੀ ਸ਼ਹਿਰ ਦੇ ਅਤੇ ਇੱਕ ਪੰਜਾਬ ਦੇ ਨੁਮਾਇੰਦੇ ਹਾਂ, ਇੱਕ ਆਮ ਆਵਾਮ ਆ, ਲੋਕ ਆ, ਕੋਈ ਵੀ ਉਦਘਾਟਨ ਕਰ ਸਕਦਾ ਏ। ਅਤੇ ਇਸ ਕਰਕੇ ਕਿਰਪਾ ਕਰਕੇ ਹੁਣ ਦੁਬਾਰਾ ਇੰਨੀ ਉਹ ਬੇਨਤੀ ਆ ਵੀ ਇੱਥੇ ਐਵੇਂ ਗੁੱਸੇ ਹੋ ਕੇ ਸਰਕਾਰ ਵਾਲੇ ਇਹਨੂੰ ਫਿਰ ਤਾਲੇ ਲਾ ਦੇਣ, ਬੱਚਿਆਂ ਨੂੰ ਨਾ ਰੋਕਿਓ ਕਿਰਪਾ ਕਰਕੇ। ਹੁਣ ਇਹ ਜਿਨ੍ਹਾਂ ਲਈ ਬਣਾਇਆ, ਇੰਨਾ ਪੈਸਾ ਲਾਇਆ, ਉਹ ਬੱਚਿਆਂ ਨੂੰ ਇਹਦੇ ਵਿੱਚ ਐਕਸਰਸਾਈਜ਼ ਕਰਨ ਦੇਣ, ਇਹਦੇ ਵਿੱਚ ਟ੍ਰੇਨਿੰਗ ਕਰਨ ਦੇਣ, ਵਧੀਆ ਤੋਂ ਵਧੀਆ ਕੋਚ ਨੇ ਜਿਹੜੇ ਉਹ ਆਪਣੇ ਸਟੂਡੈਂਟਸ ਨੂੰ ਉਰੇ ਟ੍ਰੇਨਿੰਗ ਕਰਾ ਸਕਣ, ਕਿਉਂਕਿ
ਗੇਮਸ ਨੇ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ, ਬੜੇ ਨੇੜੇ ਆ, ਉਹਨਾਂ ਲਈ ਤਾਂ ਇੱਕ ਇੱਕ ਦਿਨ ਕੀਮਤੀ ਹੁੰਦਾ, ਤੁਹਾਡੇ ਲਈ ਤਾਂ ਉਦਘਾਟਨ ਆ, ਪਰ ਜਿਹੜੇ ਬੱਚੇ ਟਰਾਇਲ ਦੇਣੇ ਆ, ਜਿਨ੍ਹਾਂ ਨੇ ਬਹੁਤ ਮਹਿਕਮਿਆਂ ਦੇ ਵਿੱਚ ਜੋਬਸ ਲਈ ਜਾਣਾ ਹੈ ਸਪੋਰਟਸ ਕੋਟੇ 'ਚੋਂ, ਉਹਨਾਂ ਦੇ ਤਾਂ ਰੋਜ਼ ਜੇ ਉਰੇ ਪ੍ਰੈਕਟਿਸ ਕਰਨਗੇ ਅਤੇ ਇਹ ਉਹਨਾਂ ਨੇ ਇੰਟਰਨੈਸ਼ਨਲ ਨੈਸ਼ਨਲ ਜਿਹੜੇ ਸਟੇਡੀਅਮ ਨੇ ਉਹਨਾਂ ਦੇ ਟਰੈਕਾਂ 'ਤੇ ਭੱਜਣਾ ਹੁੰਦਾ, ਅਤੇ ਉਹਨਾਂ ਲਈ ਇਹ ਬਣਾਇਆ, ਅਤੇ ਇਸ ਕਰਕੇ ਇਹਨੂੰ ਦੁਬਾਰਾ ਕਿਤੇ ਬੰਦ ਨਾ ਕਰ ਦੇਣ ਵੀ ਨਹੀਂ ਇੰਨਾ ਪੈਸਾ ਖਰਚ ਕਰਕੇ ਫਿਰ ਤੁਸੀਂ ਲੁਧਿਆਣੇ ਆਉਂਗੇ, ਫਿਰ ਇਹਦਾ ਉਦਘਾਟਨ ਕਰੋਂਗੇ, ਉਹਦਾ ਫਾਇਦਾ ਕੀ ਆ? ਅਤੇ ਅੱਜ ਇਹਦਾ ਉਦਘਾਟਨ ਅਸੀਂ ਕਰਤਾ ਹੈ, ਅਤੇ ਇਹਨੂੰ ਰੱਬ ਦੇ ਵਾਸਤੇ ਹੁਣ ਲੋਕਾਂ ਲਈ ਸ਼ੁਰੂਆਤ ਕਰੋ, ਕਿਉਂਕਿ ਇਹ ਬਣ ਕੇ ਇਹਦੀ ਕੰਪਲੀਸ਼ਨ ਡੇਟ ਵੀ ਆ, ਅਤੇ ਇਹ ਬਣ ਕੇ ਪੂਰਾ ਤਿਆਰ ਵੀ ਆ, ਤੁਸੀਂ ਇਹਨੂੰ 8.5 ਕਰੋੜ ਇਹ ਬਿਲਕੁਲ ਪ੍ਰੋਜੈਕਟ ਤੁਹਾਡੇ ਮੂਹਰੇ ਆ, ਤੁਸੀਂ ਪੂਰਾ ਗੇੜਾ ਕੱਢ ਕੇ ਦੇਖ ਲਓ, ਹਰ ਟਰੈਕ ਤੋਂ ਇਲਾਵਾ ਆਪਣੇ ਪੇਂਟ ਤੋਂ ਇਲਾਵਾ ਨੰਬਰਿੰਗ ਤੋਂ ਇਲਾਵਾ ਸਪ੍ਰਿੰਕਲ ਸਾਰੇ ਜਿਹੜੇ ਪਾਣੀ ਦੇ ਪਾਈਪ, ਇਹ ਪਾਣੀ ਫੁੱਟਬਾਲ ਗਰਾਊਂਡ ਆ, ਇਹਦੇ ਵਿੱਚ ਜਿਹੜੇ ਪਾਣੀ ਦੇ ਸਪ੍ਰਿੰਕਲਸ ਲੱਗਣੇ ਆ, ਉਹ ਸਭ ਕੁਝ ਲੱਗ ਚੁੱਕਿਆ, ਕੋਈ ਚੀਜ਼ ਤੁਸੀਂ ਦੇਖ ਲਓ, ਇੱਧਰ ਹੈਮਰ ਥਰੋ ਆ, ਉੱਧਰ ਜੈਵਲਿਨ ਆ, ਉੱਧਰ ਆਪਣਾ ਟ੍ਰਿਪਲ ਜੰਪ ਆ, ਉੱਥੇ ਹਾਈ ਜੰਪ ਆ, ਸਭ ਕੁਛ ਪੋਲ ਵਾਲਟ ਸਭ ਕੁਛ ਲੱਗ ਕੇ ਉਰੇ ਤਿਆਰ ਹੋ ਗਿਆ, ਸਿਰਫ ਇੱਕ ਦੋ ਚੀਜ਼ਾਂ ਹੈ ਜਿਹੜੀਆਂ ਉਹ ਜਿਹੜੀਆਂ ਤਾਜ਼ੀਆਂ, ਜਿਵੇਂ ਉੱਥੇ ਸਕੂਲ 'ਚ ਉੱਦਣ ਇੱਕ ਦੋ ਚੀਜ਼ਾਂ ਤਾਜ਼ੀਆਂ ਉਹ ਲਿਸ਼ਕਾਉਣ ਲਈ ਮੀਡੀਆ 'ਚ ਉਹ ਲਾਉਣੀਆਂ ਹੁੰਦੀਆਂ, ਉਹ ਬੇਸ਼ੱਕ ਗੁਬਾਰੇ ਗੁਬਾਰੇ ਨਹੀਂ ਲੱਗੇ ਹੋਣਗੇ, ਅਤੇ ਇੱਕ ਕਿਉਂਕਿ ਬਹੁਤ ਭਾਰੀ ਸਾਨੂੰ ਇੱਥੇ ਬੱਚਿਆਂ ਨੇ ਜਾਂ ਕੋਚਿਸ ਨੇ ਦੱਸੀ ਇਹ ਗੱਲ, ਜਿਹੜੇ ਦੇਖਦੇ ਆ ਰੋਜ਼ ਆ ਕੇ, ਵੀ ਇਹ ਦੁਬਾਰਾ ਟਰੈਕ ਦਾ ਨੁਕਸਾਨ ਹੋ ਰਿਹਾ, ਬਹੁਤ ਭਾਰਾ ਹੀ ਸਫਾਈ ਦੀ ਲੋੜ ਆ, ਜੇ ਇਹਦੇ ਉੱਤੇ ਕੋਈ ਵੀ ਚੀਜ਼ ਪਈ ਰਹੂ ਉਹਨੇ ਹੀ ਉਹ ਚੀਜ਼ ਨੂੰ ਗਾਲ ਦੇਣਾ, ਉੱਥੋਂ ਸੜ ਜਾਣਾ, ਮੀਂਹ ਦਾ ਮੌਸਮ ਆ ਅਤੇ ਪਹਿਲਾਂ ਵੀ ਪੈ ਕੇ ਹਟਿਆ, ਅਤੇ ਜੇ ਕੋਈ ਵੀ ਚੀਜ਼ ਟਰੈਕ 'ਤੇ ਬੰਦ ਰੱਖੀ ਜਾਊਗੀ, ਤੁਹਾਨੂੰ ਪਤਾ ਹੈ ਕੋਈ ਸਿੱਲਨ ਆ ਗਏ ਹੋਰ ਆ ਜੇ, ਅਤੇ ਐਡੇ ਕਰੋੜਾਂ ਦਾ ਨੁਕਸਾਨ ਹੋ ਜਾਣਾ ਸਿਰਫ ਉਦਘਾਟਨ ਕਰਕੇ, ਉਹ ਅਸੀਂ ਉਦਘਾਟਨ ਇਸ ਕਰਕੇ ਕੀਤਾ ਹੈ, ਇਹ ਲੋਕਾਂ ਦੇ ਇਸ ਨਾਲੇ ਸਾਡਾ ਹੀ ਬਣਾਇਆ ਹੋਇਆ, ਇਹਨਾਂ ਦਾ ਤਾਂ ਕੋਈ ਯੋਗਦਾਨ ਹੀ ਨਹੀਂ ਇਹਦੇ ਵਿੱਚ, ਇਹਨੂੰ ਅਸੀਂ ਲੋਕਾਂ ਦੇ ਅਰਪਣ ਅੱਜ ਕਰਤਾ ਹੈ, ਅਤੇ ਸਾਰੇ ਮੇਰੇ ਲੁਧਿਆਣੇ ਸ਼ਹਿਰ ਦੇ ਬੱਚਿਆਂ ਨੂੰ ਅਤੇ ਕੋਚਿਸ ਨੂੰ, ਸਕੂਲ ਵਾਲੇ ਜੋ ਵੀ ਆਪਣੇ ਉਰੇ ਟ੍ਰੇਨਿੰਗ ਕਰਨ ਭੇਜ ਸਕਦੇ ਆ ਉਰੇ ਆਪਣੇ ਟ੍ਰੇਨਿੰਗ ਕਰਾਉਣ, ਕਿਉਂਕਿ ਇਹ ਸਹੂਲਤ ਲੋਕਾਂ ਲਈ ਆ, ਅਤੇ ਮੈਂ ਥੋੜ੍ਹਾ ਜਿਹਾ ਜੋ ਮਮਤਾ ਆਸ਼ੂ ਜੀ ਨਾਲ ਆਏ ਨੇ ਉਹ ਵੀ ਇਹਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਜ਼ਰੂਰ ਐਡ ਕਰਨਗੇ, ਬਾਕੀ ਸਾਨੂੰ ਕੋਈ ਤਕਲੀਫ ਨਹੀਂ, ਅਸੀਂ ਤਾਂ ਸਿਰਫ ਇਹ ਕਹਿੰਦੇ ਵੀ ਤੁਸੀਂ ਇਹ ਉਦਘਾਟਨ ਕਰ ਕਿਉਂ ਨਹੀਂ ਰਹੇ, ਚੀਜ਼ਾਂ ਬਣੀਆਂ ਪਈਆਂ ਹੈ, ਅਤੇ ਅੱਗੇ ਵੀ ਬਹੁਤ ਚੀਜ਼ਾਂ ਹੈ ਜਿਹੜੀਆਂ ਰੋਜ਼ ਅਸੀਂ ਲੋਕਾਂ ਦੇ ਸਾਹਮਣੇ ਸਾਡੀਆਂ ਜਿਹੜੀਆਂ ਬਣਾਈਆਂ ਹੋਈਆਂ ਉਹਨਾਂ ਨੂੰ ਤਾਲੇ ਲਾਈ ਬੈਠੇ ਆ, ਬੰਦ ਕਰੀ ਬੈਠੇ ਆ ਵੀ ਉਦਘਾਟਨ ਕਰਨ ਦਾ ਦਿਨ ਨਿਕਲੂਗਾ, ਇਸੇ ਤਰੀਕੇ ਨਾਲ ਸਕੂਲ ਨੇ, ਇਸੇ ਤਰੀਕੇ ਨਾਲ ਊਧਮ ਸਿੰਘ ਜਿਹੜਾ ਬਹੁਤ ਵੱਡਾ ਉਹਨਾਂ ਦੇ ਨਾਂ 'ਤੇ ਜਿਹੜਾ ਕਮਿਊਨਿਟੀ ਸੈਂਟਰ ਬਣ ਰਿਹਾ, ਐਂ ਸੈਂਟਰ 'ਚ ਸਕੂਲ ਨੇ, ਐਂ ਨੌਰਥ 'ਚ ਨੇ, ਐਂ ਈਸਟ 'ਚ ਨੇ, ਹੈ ਨਾ ਵੀ ਇਹਨਾਂ ਦੀ ਸਰਕਾਰ ਵੇਲੇ। ਮੈਨੂੰ ਇੱਕ ਗੱਲ ਦੱਸੋ, ਮੈਨੂੰ ਬੜਾ ਹੀ ਹਾਸਾ ਆਉਂਦਾ ਇਹ ਗੱਲ ਸੁਣ ਕੇ ਕਿ ਕੋਈ ਬੱਚਾ ਜੰਮਦਾ ਹੀ ਬਜ਼ੁਰਗ ਹੋ ਜਾਂਦਾ, ਮਹੀਨਿਆਂ 6 ਦਾ ਹੁੰਦਾ, ਫਿਰ ਸਾਲ ਦਾ ਹੁੰਦਾ, ਜਿਹਨੂੰ ਕਲਾਸ 'ਚ ਪੜ੍ਹ ਲਾਉਂਦੇ ਹਾਂ 1st 'ਚੋਂ 10th 'ਚ 12th 'ਚ ਜਾਂਦਾ, ਅਤੇ ਸਰਕਾਰ ਜਿਹੜੀ ਚੀਜ਼ ਕੋਈ ਸ਼ੁਰੂ ਕਰੂਗੀ ਉਹ ਕਿਵੇਂ, ਇਹ ਕੋਈ ਜਾਦੂ ਆ ਵੀ ਜਿੱਦਣ ਉਦਘਾਟਨ ਹੋਊਗਾ ਅਤੇ ਚੁਟਕੀ ਨਾਲ ਉੱਦਣ ਹੀ ਉਹ ਬਣ ਕੇ ਪੂਰੀ ਹੋ ਜੂਗੀ? ਯਾਰ ਇਹ ਬੜੀ ਹਾਸੋਹੀਣ ਗੱਲ ਆ। ਪਰ ਜਿਹੜੇ ਸਮਾਰਟ ਸਿਟੀ ਸੀ ਉਹ ਮੈਂਬਰ ਪਾਰਲੀਮੈਂਟ ਤਾਂ ਅੱਜ ਵੀ ਮੈਂ ਹੈਗਾ ਹੈ, ਮੈਂ ਤਾਂ ਮੈਂਬਰ ਪਾਰਲੀਮੈਂਟ ਸਮਾਰਟ ਸਿਟੀ ਦਾ ਅੱਜ ਵੀ ਹੈਗਾ ਹੈ। ਅਤੇ ਦੂਜੀ ਗੱਲ ਹੋਰ ਸੁਣ ਲਓ ਬਈ, ਜਿਹੜੇ ਅਸੀਂ ਪ੍ਰੋਜੈਕਟ ਉਹਦੇ ਉਹ 'ਚ ਜਾਵਾਂਗੇ, ਅਸੀਂ ਇਹਨਾਂ ਦਾ ਪ੍ਰੋਜੈਕਟ ਨਾ ਸ਼ੁਰੂ ਹੋਏ 'ਚ ਕਿਤੇ ਜਾਵਾਂਗੇ, ਅਤੇ ਜੇ ਉਹਦੇ ਵਿੱਚ ਕੋਈ ਪੈਸਾ ਇਹਨਾਂ ਦਾ ਪਾਇਆ ਹੋਊ ਇਹਨਾਂ ਦੇ ਵੇਲੇ ਆਏ, ਨਾ ਅਸੀਂ ਉਹ 'ਚ ਜਾਵਾਂਗੇ, ਅਸੀਂ ਸਿਰਫ ਉਹ ਪ੍ਰੋਜੈਕਟ ਜਾਵਾਂਗੇ ਜਿਹੜਾ ਸਾਡੀ ਸਰਕਾਰ ਵੇਲੇ ਸ਼ੁਰੂ ਹੋਇਆ, ਅਤੇ ਜਿਹਦੇ ਅਸੀਂ ਪੈਸੇ ਪੂਰੇ ਦੇ ਪੂਰੇ ਠੇਕੇਦਾਰ ਨੂੰ ਜਮ੍ਹਾਂ ਕਰਵਾਤੇ ਨੇ, ਅਤੇ ਉਹਦੀ ਟਾਈਮ ਲਾਈਨ ਆ ਜਿਹੜੀ ਉਹ ਸਾਡੇ ਕੋਲ ਆ ਵੀ ਹਾਂ ਕੰਪਲੀਸ਼ਨ ਭਾਈ 22 'ਚ ਕੰਮ ਦਿੱਤਾ ਅਤੇ ਇਹਨੇ 24 'ਚ ਪੂਰਾ ਹੋਣਾ। ਅਸੀਂ ਬਿਲਕੁਲ ਜੇ ਇਹਨਾਂ ਦੇ 24 'ਚ ਕੋਈ ਜਾਂ 23 'ਚ ਕੰਮ ਸ਼ੁਰੂ ਕੀਤਾ ਹੋਊਗਾ, ਅਸੀਂ ਉਹਦੇ ਬਿਲਕੁਲ ਨਹੀਂ ਜਾਵਾਂਗੇ ਕਿਤੇ ਵੀ।
ਨਾ ਸਾਡਾ ਹੱਕ ਆ। ਅਸੀਂ ਸਿਰਫ ਆਪਣੇ ਵੇਲੇ ਦੇ ਪ੍ਰੋਜੈਕਟ ਜਿਹੜੇ ਬਣਾਏ ਨੇ, ਅਤੇ ਸਮਾਰਟ ਸਿਟੀ ਦਾ ਟਾਈਮ 10 ਸਾਲ ਦਾ ਸੀ। ਸਮਾਰਟ ਸਿਟੀ ਜਦੋਂ ਆਇਆ ਸੀ, ਸੁਣ ਲਓ ਆਹ ਸਾਰੇ ਪੈਸੇ, ਉਦੋਂ ਇਹ ਆਸ਼ੂਈ ਦੇ ਏਰੀਏ 'ਚੋਂ ਸਾਰੇ ਦੇਸ਼ ਦੇ ਵਿੱਚੋਂ, ਅੱਜ ਮਾਰਦੇ ਗੱਲਾਂ, ਸਾਰੇ ਦੇਸ਼ ਦੇ ਵਿੱਚੋਂ ਪਹਿਲੇ 20 ਸ਼ਹਿਰਾਂ 'ਚ ਜਿੱਤ ਹਾਸਲ ਕੀਤੀ ਸੀ। ਇੱਕ ਕੰਪੇਨ ਚਲਾਈ ਸੀ ਮਮਤਾ ਆਸ਼ੂ ਜੀ ਹੋਣੀਆਂ, ਇਹਨਾਂ ਦੇ ਸਾਰੇ ਕੌਂਸਲਰਾਂ ਨੇ, ਅਤੇ ਉਹਦੇ ਵਿੱਚੋਂ ਸਮਾਰਟ ਸਿਟੀ ਸਾਰੇ ਦੇਸ਼ 'ਚੋਂ ਪਹਿਲੇ 20 'ਚੋਂ ਲੁਧਿਆਣਾ ਜਿੱਤਿਆ ਸੀ। ਇਹ ਐਵੇਂ ਨਹੀਂ ਆ ਗਿਆ ਕੋਈ 1000 ਕਰੋੜ, ਉਹ ਵੋਟਾਂ ਪਾਈਆਂ ਸੀ, ਲੋਕਾਂ ਨੂੰ ਮੋਟੀਵੇਟ ਕੀਤਾ, ਯਾਰ ਇਹ ਗੱਲਾਂ ਕਰਨਗੇ। ਅਤੇ ਸਮਾਰਟ ਸਿਟੀ ਉਹ ਵੋਟਾਂ ਦੇ ਰਾਹੀਂ ਵੈਸਟ ਹਲਕੇ ਨੂੰ ਜਿਹੜੀ ਆ ਵੋਟ ਪਾ ਕੇ ਉਹਨੂੰ ਲੈ ਕੇ ਆਉਂਦਾ, ਅਤੇ ਉਹ ਏਰੀਆ ਮਿਲਿਆ। ਇਹ ਕਿਤੇ ਗੱਲ ਕਹੀ ਹੈ ਨਾ, ਅਸੀਂ ਇੱਥੋਂ ਇੱਕੋ ਹੀ ਕਮੀ ਰਹੀ ਵੀ ਅਸੀਂ ਸ਼ਹਿਰ ਸਾਰੇ ਸ਼ਹਿਰ ਦੇ ਖੰਭਿਆਂ 'ਤੇ ਬੋਰਡ ਨਹੀਂ ਲਾਏ, ਅਸੀਂ ਕੰਮ ਕਰਦੇ ਰਹਿ ਗਏ। ਅਸੀਂ ਨਹੀਂ ਸਾਰੇ ਬੋਰਡ, ਅਸੀਂ ਆਪਣੀ ਭਰੇ ਹੁੰਦੇ ਹਾਂ ਬੋਰਡ, ਆਹ ਸਭ ਤੋਂ ਕਮੀ ਰਹਿ ਗਈ। ਇਹ ਲੋਕਾਂ ਨੂੰ ਕੋਈ ਗੱਲ ਨਹੀਂ, ਸਾਰੇ ਲੁਧਿਆਣੇ ਦੇ ਸਾਰੇ ਵਿਧਾਇਕਾਂ ਦੇ ਨਿਸ਼ਾਨੇ 'ਤੇ ਹੋ ਤੁਸੀਂ, ਉਹ ਕਹਿੰਦੇ ਕਿ 4.5 ਸਾਲ ਨਹੀਂ ਨਜ਼ਰ ਆਏ, ਹੁਣ ਜਿਹੜੇ ਨੇ 6 ਮਹੀਨਿਆਂ ਤੋਂ ਜਿਹੜੇ ਨੇ ਉਹਨਾਂ ਦੇ ਕੰਮ ਕੀਤੇ। ਯਾਰ ਤੁਸੀਂ ਮੈਨੂੰ ਰੋਜ਼ ਕਹਿ ਦਿੰਦੇ ਹੋ, ਜਦੋਂ ਵੀ ਮੈਨੂੰ ਆਹ ਕੁਐਸਚਨ ਪੁੱਛ ਲੈਂਦੇ ਹੋ, ਉਹ ਕਹਿੰਦੇ ਨੇ ਤੁਹਾਨੂੰ ਇਹ ਨਹੀਂ, ਤੁਹਾਨੂੰ ਇਹ ਪਤਾ ਲੱਗਿਆ ਵੀ ਤੁਸੀਂ ਮੈਨੂੰ ਕਿੰਨੀ ਵਾਰ ਕਿੰਨੇ ਮਹੀਨਿਆਂ ਸਾਲਾਂ ਦੇ ਪੁੱਛ ਰਹੇ ਹੋ ਇਹ ਗੱਲ, ਜਾਂਚ ਤੁਹਾਨੂੰ ਰੋਕਦਾ ਕੋਈ? ਆਹ ਖੜੇ ਆ ਲੱਤ ਗੱਡੀ, ਮੈਂ ਕਹਿੰਦੀ ਹਾਂ ਆਸ਼ੂ ਜੀ ਉੱਤੇ ਇਲਜ਼ਾਮ ਲਗਾਇਆ, ਅਸੀਂ ਪਿੱਛੇ ਹਟੇ, ਅਸੀਂ ਕਿਹਾ ਕਰੋ ਜਾਂਚ, ਹਲੇ ਤੱਕ ਚੱਲ ਰਹੀ ਹੈ। ਜੇ MP ਸਾਹਿਬ ਦੇ ਕੱਪੜੇ ਹੋਏ ਤਾਂ ਕਰੋ ਜਾਂਚ ਯਾਰ, ਤੁਹਾਨੂੰ ਕਹਿੰਦਾ ਕੌਣ? ਖੁੱਲਾ ਚੈਲੰਜ ਆ, ਇੱਥੇ ਹੀ ਬੈਠੇ ਆ, ਸਰਕਾਰ ਅੱਜ ਆਈ, ਅੱਜ ਹੀ ਸ਼ੁਰੂ ਕਰ ਦੇ MP ਸਾਹਿਬ ਪਰ ਜਾਂਚ। ਇੱਕ ਮਿੰਟ, ਉਹਨਾਂ MLA ਦੀ ਵੀ ਕਰ ਲੈਣਾ ਜਿਹੜੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਗਏ ਆ। ਜਿੱਦਣ ਸਾਡੀ ਵਾਰੀ ਆਊ ਆਉਣ ਦੇ ਬਾਰੀ। ਨਹੀਂ ਆ ਬੁੱਢੇ ਦਰਿਆ ਦਾ ਪ੍ਰੋਜੈਕਟ ਨੂੰ ਕਿੱਦਾਂ ਦੇਖਦੇ ਹੋ ਸਰ? ਬੁੱਢੇ ਦਰਿਆ ਦਾ ਉਹਦਾ ਵੀ ਕਰਾਂਗੇ, ਉਹਦਾ ਵੀ ਸਾਡਾ ਹੀ ਲਿਆਂਦਾ ਹੋਇਆ ਪ੍ਰੋਜੈਕਟ ਆ। ਤੁਹਾਨੂੰ ਕਿਸੇ ਨੂੰ ਭੁਲੇਖਾ? ਉਹਦੀ ਤਾਂ ਉਹਨਾਂ ਨੇ ਜਿਹੜੀ ਫੈਂਸਿੰਗ ਸੀ ਉਹ ਵੀ ਫੈਂਸਿੰਗ ਵੀ ਹੁਣ ਤਾਂ ਕਹਿੰਦੇ, ਉਹਨਾਂ ਦੇ ਵੀ ਪਰਚੇ ਦਰਜ ਕਰਾਂਗੇ। ਬਾਰੀ ਤਾਂ ਆਉਣ ਦੋ, ਕੋਈ ਗੱਲ ਨਹੀਂ, ਇਹ ਤਾਂ ਚੱਲਦਾ ਰਹਿੰਦਾ ਚਰਖ। ਯਾਰ ਜੋ ਕਰਦੇ ਆ ਨਾ, ਸਾਨੂੰ ਕੀ ਲੈਣਾ ਦੇਣਾ ਉਹਨਾਂ ਨਾਲ, ਕੋਈ ਲੈਣਾ ਦੇਣਾ ਹੈ ਸਾਡਾ ਉਹਨਾਂ ਨਾਲ? ਜੋ ਮਰਜ਼ੀ ਕਰਨ, ਉਹ ਤਾਂ ਡਰਦੇ, ਸਾਨੂੰ ਰੋਜ਼ ਤਾਂ ਤਾਲੇ ਲਾਉਂਦੇ ਆ, ਰੋਜ਼ ਪੁਲਿਸ ਭੇਜ ਕੇ ਬੰਦ ਕਰਾਉਂਦੇ ਆ, ਅਤੇ ਸਾਨੂੰ ਕੀ ਆ? ਅੱਜ ਵੀ ਜਦੋਂ ਅਸੀਂ ਇੱਧਰ ਉੱਧਰ ਨੂੰ ਗੱਡੀਆਂ ਤੋਰੀਆਂ, ਸਾਰੇ ਹਿੱਲ ਗਏ ਵੀ ਇਹ ਪਤਾ ਨਹੀਂ ਕਿੱਧਰ ਨੂੰ ਚੱਲ ਪਏ। ਖੌਫ ਆ ਸਾਡਾ ਇਹਨਾਂ ਨੂੰ, ਲੋਕ ਸਾਨੂੰ ਦੇਖ ਕੇ ਭੰਗੜੇ ਗਿੱਧਾ ਪਾਉਂਦੇ ਆ ਵੀ ਯਾਰ ਸਾਡੇ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਹੋਣ ਜਿਹੜੇ ਬੰਦ ਪਏ ਆ, ਤਾਲੇ ਲਾਏ ਹੋਏ ਇਹਨਾਂ ਨੇ, ਇਹ ਐਂ ਡਰਦੇ ਆ ਭੱਜਦੇ, ਲਾਓ ਪੁਲਿਸ ਕਿੱਧਰ ਨੂੰ ਚਲੀ ਗਈ, ਕਿੱਧਰ ਨੂੰ ਨਿਕਲ ਗਏ। ਯਾਰ ਮੂਵਮੈਂਟ ਤਾਂ ਮੈਂ ਹਮੇਸ਼ਾ ਕਹਿੰਦਾ 100 ਬੰਦਾ ਤਾਂ ਇਹਨਾਂ ਦਾ ਮੇਰੇ ਨਾਲ ਹੀ ਆ, ਕੋਈ ਪਰਵਾਹ ਨਹੀਂ, ਮੈਂ ਕਿਹਾ ਅੜਾ ਦਾਂਗੇ ਫੱਕੀਆਂ, ਚੱਕ ਦਾਂਗੇ, ਗੱਡ ਦਾਂਗੇ ਝੰਡੇ ਆ।